ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੋਵੇਗਾ ਇਹ ਵੀ ਉਮੀਦ ਹੈ ਕਿ ਤੁਸੀਂ ਤੁਹਾਡੇ ਪਰਿਵਾਰ ਦਾ ਹਰ ਇੱਕ ਮੈਂਬਰ ਅਰਥਾਂ ਸਮੇਤ ਸਹਿਜ ਪਾਠ ਕਰ ਰਿਹਾ ਹੋਵੇਗਾ ਇਹ ਵੀ ਉਮੀਦ ਹੈ ਤੁਹਾਡੇ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ ਪਰ ਤੁਹਾਡੇ ਭਰਾ ਦੇ ਪਰਿਵਾਰ ਵਿੱਚ ਭੈਣਾਂ ਦੇ ਪਰਿਵਾਰਾਂ ਵਿੱਚ ਤੁਹਾਡੇ ਚਾਚੇ ਤਾਏ ਦੇ ਪਰਿਵਾਰਾਂ ਵਿੱਚ ਮਾਮੇ ਭੂਆ ਦੇ ਪਰਿਵਾਰਾਂ ਵਿੱਚ ਨਾਨਕੇ ਦਾਦਕੇ ਕੋਈ ਐਸਾ ਤਾਂ ਨਹੀਂ ਜਿਹੜਾ ਅਰਥਾਂ ਸਮੇਤ ਸਹਿਜ ਪਾਠ ਕਰਨ ਤੋਂ ਰਹਿ ਗਿਆ ਹੋਵੇ ਮਾਰੋ ਨਜ਼ਰ ਚਾਰ ਚਫੇਰੇ ਤੁਹਾਡੇ ਕਿੰਨੇ ਮਿੱਤਰ ਦੋਸਤ ਨੇ ਤਹਾਡੇ ਹਰ ਮਿੱਤਰ ਦੋਸਤ ਨੇ ਅਰਥਾ ਸਮੇਸ ਸਹਿਜ ਪੜ੍ਹ ਸ਼ੁਰੂ ਕਰ ਦਿੱਤਾ ਕਿ ਨਹੀਂ ਤੁਹਾਡੇ ਮਿੱਤਰਾਂ ਦੋਸਤਾਂ ਦੇ ਪਰਿਵਾਰ ਦੇ ਵਿੱਚ ਹਰ ਮੈਂਬਰ ਨੇ ਹਰ ਬੱਚੇ ਨੇ ਅਰਥਾ ਸਮੇਸ ਸਹਿਜ ਪੜ੍ਹ ਸ਼ੁਰੂ ਕਰ ਦਿੱਤਾ ਨਜ਼ਰ ਮਾਰੋ ਯਤਨ ਕਰੋ ਹੰਬਲਾ ਮਾਰੋ ਤੁਹਾਡੇ ਬੱਚਿਆਂ ਦਾ ਕਿੰਨਾ ਕੰਨਾ ਪਰਿਵਾਰਾਂ ਦੇ ਬੱਚਿਆਂ ਨਾਲ ਉੱਠਣਾ ਬੈਠਣਾ ਹੈ ਅਗਰ ਉਹ ਬੱਚੇ ਵੀ ਅਰਥਾ ਸਮੇਸ ਸਹਿਜ ਪੜ੍ਹਨ ਨਾ ਜਾਣਗੇ ਸਾਰੇ ਬੱਚਿਆਂ ਦਾ ਇੱਕ ਦੂਸਰੇ ਨੂੰ ਹਲਾਰਾ ਮਿਲੇਗਾ ਮਾਰੋ ਚਾਤੀ ਚਾਰ ਸਫੇਰੇ ਕਰੋ ਯਤਨ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਉਣੀ ਹੈ ਹਰ ਗੁਰ ਸਿੱਖ ਦਾ ਫਰਜ਼ ਹੈ ਹਰ ਇੱਕ ਨੇ ਯਤਨ ਕਰਨਾ ਹੈ ਕੋਸ਼ਿਸ਼ ਕਰੋ ਕੋਈ ਵੀ ਬਾਂਝਾ ਨਾ ਰਹਿ ਸਕੇ ਇਹ ਆਵਾਜ਼ ਖੁਦ ਅਰਥਾਂ ਸਮੇਤ ਸਹਿਜ ਕਰੋ ਅਦ ਅਰਥਾ ਸਮੇ ਸਹਿਜ ਪਾਠ ਕਰੋ ਦੀ ਲਹਿਰ ਇੱਕ ਗੁਰੂ ਦੀ ਲਹਿਰ ਹੈ ਇੱਕ ਕੌਮ ਦੀ ਲਹਿਰ ਹੈ ਗੁਰੂ ਪੰਥ ਇੱਕ ਪਰਿਵਾਰ ਹੈ ਗੁਰਕਲੰਗੀ ਤਰਪਾਤਸ਼ਾ ਦਾ ਪਰਿਵਾਰ ਹੈ ਸਾਰੇ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 228 ਦੇ ਉੱਪਰ ਅੰਕਿਤ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨਾਂ ਤੋਂ ਆਤਮਿਕ ਜੀਵਨ ਜਿਉਣ ਦੀ ਜੁਗਤ ਸਿੱਖਣ ਵਾਸਤੇ ਗੌੜੀ ਮਹਲਾ ਪਹਿਲਾ ਗੌੜੀ ਰਾਗ ਵਿੱਚ ਤਨ ਤਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ राम नाम चित रा पै जाका चित ਚੇਤਾ ਸ਼ਕਤੀ ਯਾਦਾਸਤ ਸਾਡੇ ਅੰਦਰ ਇੱਕ ਐਸਾ ਸੌਫਟਵੇਅਰ ਵਾਹਿਗੁਰੂ ਜੀ ਨੇ ਫਿੱਟ ਕੀਤਾ ਹੈ ਜਿਹਨੂੰ ਚਿੱਤ ਕਹਿੰਦੇ ਹਾਂ ਮੈਮਰੀ ਪਾਵਰ ਕਹਿੰਦੇ ਹਾਂ ਯਾਦਾਸਤ ਕਹਿੰਦੇ ਹਾਂ ਇਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਦੀ ਯਾਦ ਚਲਦੀ ਰਹਿੰਦੀ ਹੈ ਪੁੱਤਰਾਂ ਦੀ ਧੀਾਂ ਦੀ ਪਰਿਵਾਰ ਦੀ ਘਰਵਾਰ ਦੀ ਮਿੱਤਰਾਂ ਦੀ ਪਰ ਇਹ ਸਭ ਕੁਝ ਦਿੱਤਾ ਕਿਸ ਨੇ ਹੈ ਉਸ ਵਾਹਿਗੁਰੂ ਜੀ ਦੀ ਯਾਦ ਕਿੰਨੀ ਚਲਦੀ ਹੈ ਆਖੋ ਵਾਹਿਗੁਰੂ ਇਹ ਸੇ ਯਾਦਾਂ ਦੇ ਪਿੱਛੇ ਇੱਕ ਬੜਾ ਕਮਾਲ ਦਾ ਨਿਜ਼ਮ ਹੈ ਰੱਬ ਦਾ ਜੀ ਦੇ ਨਾਲ ਗੂੜਾ ਪਿਆਰ ਹੋਏਗਾ ਉਹਦੀ ਯਾਦ ਹਰ ਵੇਲੇ ਚੱਲਦੀ ਰਹਿੰਦੀ ਹੈ ਤੇ ਜਦੋਂ ਰੱਬ ਦੇ ਨਾਲ ਗੂੜਾ ਪਿਆਰ ਬਣ ਜਾਂਦਾ ਹੈ ਆਪਣੇ ਗੁਰੂ ਸਾਹਿਬ ਨਾਲ ਗੂੜਾ ਪਿਆਰ ਬਣ ਜਾਂਦਾ ਹੈ ਤੇ ਜਦੋਂ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਦੇਖਿਆ ਤੇ ਸੱਚੇ ਗਿਆਨ ਨਾਲ ਗੂੜਾ ਪਿਆਰ ਬਣ ਗਿਆ ਜਦੋਂ ਵਾਹਿਗੁਰੂ ਜੀ ਨੂੰ ਗੁਣਾ ਦੇ ਰੂਪ ਵਿੱਚ ਧੱਕਿਆ ਤੇ ਗੁਣਾ ਨਾਲ ਗੂੜਾ ਪਿਆਰ ਬਣ ਗਿਆ ਜਦੋਂ ਰੱਬ ਦੇ ਨਾਲ ਭਾਵੇਂ ਗੁਣਾ ਦੇ ਰੂਪ ਵਿੱਚ ਤੇ ਚਾਹੇ ਤੇ ਗਿਆਨ ਦੇ ਰੂਪ ਵਿੱਚ ਚਾਹੇ ਜੋਤ ਦੇ ਰੂਪ ਵਿੱਚ ਸ਼ਕਤੀ ਦੇ ਰੂਪ ਵਿੱਚ ਜਦੋਂ ਰੱਬ ਨਾਲ ਪਿਆਰ ਬਣਿਆ ਤੇ ਅੰਦਰ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਾਸ ਹਰ ਵੇਲੇ ਗੁਰਵੰਤ ਪਿਆਰਿਆਂ ਦੇ ਚੱਲਦਾ ਹੈ ਉਹਨੂੰ ਕਿਹਾ ਕਿ ਉਹਨਾਂ ਦਾ ਚਿੱਤ ਰੰਗਿਆ ਰਹਿੰਦਾ ਹੈ ਰੱਬ ਦੇ ਨਾਮ ਦੇ ਨਾਲ ਨਾਮ ਸੱਚਾ ਗਿਆਨ ਵੀਰੂ ਦਾ ਉਪਦੇਸ਼ ਰੱਬੀ ਉਪਦੇਸ਼ ਹਰ ਵੇਲੇ ਇਤਨਾ ਪਿਆਰ ਹੈ ਇਤਨਾ ਪਿਆਰ ਹੈ ਮੈਂ ਬੋਲਣਾ ਹੈ ਰੱਬੀ ਉਪਦੇਸ਼ ਦੇ ਦਾਇਰੇ ਵਿੱਚ ਸੋਚਣਾ ਰਬੀ ਉਪਦੇਸ਼ ਦੇ ਦਾਇਰੇ ਵਿੱਚ ਜਿਨ੍ਹਾਂ ਦੇ ਅੰਦਰ ਇਛਿਤ ਰੰਗਿਆ ਗਿਆ ਰਾਮ ਨਾਮ ਦੇ ਨਾਲ ਉਪਜੰਪ ਦਰਸ਼ਨ ਕੀ ਜੈ ਤਾਂ ਕਾ ਉਪਜੰਪ ਹੁੰਦਾ ਹੈ ਯੋਗ ਮناسب ਉਚਿਤ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਸਵੇਰੇ ਅਰਥ ਕੀਤਾ ਹੈ ਪਰਮਹਾਨ ਕੋਸ਼ ਦੇ ਵਿੱਚ ਆਹ ਅਰਥ ਮਿਲਦੇ ਨੇ ਉਪਜੰਪ ਦੇ ਅਰਥ ਉਚਿਤ ਯੋਗ ਯੋਗ ਹੈ ਉਹਨਾਂ ਦੇ ਦਰਸ਼ਨ ਕਰਨੇ ਆ ਦਰਸ਼ਨ ਕਰਨੇ ਦੇਖਣਾ ਨਹੀਂ ਹੁੰਦਾ ਦਰਸ਼ਨ ਕਰਨੇ ਮਿਲਣਾ ਹੁੰਦਾ ਹੈ ਤੇ ਮਿਲਣਾ ਵੀ ਇਦਾਂ ਨਹੀਂ ਹੁੰਦਾ ਕਿ ਫਿਜ਼ੀਕਲੀ ਗਲ ਬਕੜੀ ਪਾ ਲਈ ਐ ਮਿਲ ਲਏ ਨਹੀਂ ਮਿਲਣ ਦੇ ਅਰਥ ਹੁੰਦੇ ਐ ਇੱਕ ਦੂਸਰੇ ਦੀਆਂ ਵਿਚਾਰਾਂ ਸੁਣਨੀਆਂ ਤੇ ਉਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਹੋਣਾ ਜਿਹੜੇ ਰੱਬ ਦੇ ਗਿਆਨ ਰੂਪੀ ਨਾਮ ਦੇ ਵਿੱਚ ਰੰਗੇ ਹੁੰਦੇ ਨੇ ਨੇਚਰਲੀ ਐ ਉਰਬੀ ਉਪਦੇਸ਼ ਨਹੀਂਆਂ ਵਿਚਾਰਾਂ ਕਰਦੇ ਨੇ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਦਰਸ਼ਨ ਕਰਨੇ ਮناسب ਨੇ ਉਚਿਤ ਨੇ ਯੋਗ ਨੇ ਫਲ ਮਿਲਦਾ ਹੈ ਦਰਸ਼ਨ ਕਰਨ ਦੇ ਅਰਥ ਹੈ ਉਹਨਾਂ ਨਾਲ ਵਿਚਾਰਾਂ ਕਰਦੇ ਆ ਮਨ ਨੂੰ ਹੌਸਲਾ ਮਿਲਦਾ ਹੈ ਉਹਨਾਂ ਨਾਲ ਵਿਚਾਰਾਂ ਕਰਦੇ ਆ ਮਨ ਵਿੱਚ ਲਗਨ ਜਾਗਦੀ ਹੈ ਉਹਨਾਂ ਨਾਲ ਵਿਚਾਰਾਂ ਕਰਦੇ ਆ ਮਨ ਜਿਸ ਅਸਲੀ ਇੰਪੋਰਟੈਂਟ ਪੱਖ ਨੂੰ ਭਲਾਈ ਬੈਠਾ ਹੁੰਦਾ ਉਹ ਪੱਖ ਯਾਦ ਆ ਜਾਂਦਾ ਹੈ ਕੋਈ ਮਨੁੱਖ ਪਰਪਕਾਰ ਕਰਨਾ ਚਾਹੁੰਦਾ ਹੈ ਪਰ ਉਹ ਕਾਰੋਬਾਰ ਦੇ ਵਿੱਚ ਬਹੁਤ ਉਲਝ ਜਾਂਦਾ ਹੈ ਕਰਜਾਂ ਦੀਆਂ ਪੰਡਾਂ ਵਿੱਚ ਉਲਝ ਗਿਆ ਜ਼ਿੰਦਗੀ ਦੀਆਂ ਚਿੰਤਾਵਾਂ ਵਿੱਚ ਉਲਝ ਗਿਆ ਪਰ ਜਦੋਂ ਕੋਈ ਰੱਬੀ ਗਿਆਨ ਦੇ ਵਿੱਚ ਰੱਬੀ ਗਿਆਨ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਮਨੁੱਖ ਮਿਲਦਾ ਹੈ ਗੁਰਸਿੱਖ ਮਿਲਦਾ ਹੈ ਉਹਦੀਆਂ ਵਿਚਾਰਾਂ ਸੁਣ ਕੇ ਅੰਦਰ ਹੁਲਾਰੇ ਆਉਂਦੇ ਨੇ ਵੀ ਪਰਪਕਾਰ ਕਰਨਾ ਚਾਹੀਦਾ ਹੈ ਇਸ ਲਈ ਕੌਮ ਦੇ ਪਤਵੰਤੇ ਸੱਜਣਾ ਨੇ ਜਦੋਂ ਅਰਦਾਸ ਦਾ ਸੰਕਲਪ ਤਿਆਰ ਕੀਤਾ ਸੱਤ ਪੈਰਾਗ੍ਰਾਫ ਵਾਲਾ ਉਸ ਵਿੱਚ ਕੀਤੇ ਮੰਗਿਆ ਗਿਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਵਾਹਿਗੁਰੂ ਨਾਮ ਚੇਤਾਵੈ ਇਸ ਵਿੱਚ ਇਸ਼ਾਰਾ ਹੈ ਸਾਡੀ ਉੱਠਣੀ ਬੈਠਣੀ ਸਾਡਾ ਫਰੈਂਡ ਸਰਕਲ ਉਹਨਾਂ ਪਿਆਰਿਆਂ ਨਾਲ ਹੋਣਾ ਚਾਹੀਏ ਜਿਨ੍ਹਾਂ ਦੇ ਬਚਨ ਸੁਣ ਕੇ ਅੰਦਰ ਪਰਪਕਾਰ ਦਾ ਹੁਲਾਰਾ ਵੱਜਦਾ ਹੈ ਜਿਨ੍ਹਾਂ ਦੇ ਬਚਨ ਸੁਣ ਕੇ ਗੁਰਬਾਣੀ ਪੜਨ ਸਿੱਖਣ ਵਿਚਾਰਨ ਦਾ ਜਜ਼ਬਾ ਪਿਆਰ ਜਾਗਦਾ ਹੈ ਉਹਨਾਂ ਦੇ ਨਾਲ ਉੱਠਣੀ ਬੈਠਣੀ ਫਰੈਂਡ ਸਰਕਲ ਹੋਵੇ ਜਿਨ੍ਹਾਂ ਦੇ ਬਚਨ ਸੁਣਦੇ ਆ ਸਾਨੂੰ ਗੁਰਬਾਣੀ ਗੁਰਸਿੱਖੀ ਦਾ ਚਾਹੋ ਜਾਗਦਾ ਖਵਾਹਿਰੂ ਇਹ ਤਾਂ ਹੈ ਉਹ ਜਿਹੜੇ RAM ਦੇ ਨਾਮ ਵਿੱਚ ਜਿਨ੍ਹਾਂ ਦਾ ਚਿੱਤ ਰੰਗਿਆ ਗਿਆ ਰਹਾਉ ਪਦੇ ਵਿੱਚ ਸਤਗੁਰੂ ਜੀ ਕਹਿ ਰਹੇ ਨੇ RAM ਨਾਂ ਜਾਪਹੁ ਭਾਗਤ ਮਹਾਰਾ ਜੇ ਤੁਸੀਂ ਧਾਮ ਨੂੰ ਨਹੀਂ ਜਪਦੇ ਪਿਆਰਿਓ ਜੇ ਤੁਹਾਡੇ ਅੰਦਰ ਦਾਤਾ ਤਾਂ ਯਾਦ ਆਉਂਦੀਆਂ ਨੇ ਦਾਤਾ ਨਹੀਂ ਯਾਦ ਆ ਰਿਹਾ ਪਰਿਵਾਰ ਤਾਂ ਚੇਤੇ ਆ ਰਿਹਾ ਜਿਸ ਵਾਹਿਗੁਰੂ ਜੀ ਨੇ ਪਰਿਵਾਰ ਦਿੱਤਾ ਜੇ ਉਹ ਨਹੀਂ ਚੇਤੇ ਆ ਰਿਹਾ ਫੈਸਲਾ ਲੈਣ ਲੱਗੇ ਅੰਦਰ ਰੱਬੀ ਭੈ ਨਹੀਂ ਸੁਭਾਅ ਦੇ ਪਿੱਛੇ ਲੱਗ ਕੇ ਸੋਚ ਦੇ ਪਿੱਛੇ ਲੱਗ ਕੇ ਫੈਸਲੇ ਲੈਂਦੇ ਹਾਂ ਗੁਰੂ ਦੇ ਉਪਦੇਸ਼ ਨੂੰ ਸਨਮੁਖ ਰੱਖ ਕੇ ਫੈਸਲੇ ਨਹੀਂ ਲੈਂਦੇ ਗੁਰੂ ਦੇ ਵਿਰਸੇ ਵਿੱਚੋਂ ਗਿਆਨ ਸਿੱਖ ਕੇ ਫੈਸਲੇ ਨਹੀਂ ਲੈਂਦੇ ਸਤਿਗੁਰੂ ਜੀ ਕਹਿੰਦੇ ਤੁਸੀਂ ਨੇ ਭਾਗੇ ਹੋ ਭਾਵ ਅੰਦਰ ਉਹ ਗੁਰੂ ਦੇ ਗਿਆਨ ਵਾਲਾ ਭਾਗ ਨਹੀਂ ਉਹ ਜੀ ਵਾਲਾ ਭਾਗ ਨਹੀਂ ਗੁਰਮਤ ਗੁਰਸਿੱਖੀ ਜਜ਼ਬੇ ਵਾਲਾ ਭਾਗ ਨਹੀਂ ਆਖੋ ਵਾਹਿਗੁਰੂ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਦਾਤਾ ਵਾਹਿਗੁਰੂ ਤਾਂ ਐਸੇ ਨੇ ਮੇਰੇ ਪਿਆਰੇ ਰਾਮ ਮੇਰੇ ਪਿਆਰੇ ਪ੍ਰਭੂ ਵੈਸੇ ਦਾਤੇ ਨੇ ਇਥੇ ਯੁਗ-ਯੁਗ ਦੇ ਅਰਥ ਹਿੰਦੂਇਜ਼ਮ ਵਾਲੇ ਚਾਰ ਯੁਗ ਨਹੀਂ ਗੁਰਮਤ ਵਾਲੇ ਚਾਰ ਯੁਗ ਨੇ ਸਾਡੇ ਅੰਦਰ ਉਹ ਆਸਾ ਰਾਗ ਦੀ ਬਾਾਰ ਵਿੱਚ ਜ਼ਿਕਰ ਆਏਗਾ ਉਥੇ ਵਿਚਾਰਾਂਗੇ ਸਾਡੇ ਅੰਦਰ ਭਾਵੇਂ ਸਤਜੁਗੀ ਮਾਹੌਲ ਹੋਵੇ ਭਾਵੇਂ ਅੰਦਰ ਕਲਜੁਗੀ ਮਾਹੌਲ ਹੋਵੇ ਭਾਵੇਂ ਦੁਆਪਰ ਵਾਲਾ ਤ੍ਰੇਤੇ ਵਾਲਾ ਮਾਹੌਲ ਹੋਵੇ ਸਾਡੇ ਅੰਦਰ ਦੀਆਂ ਚਾਰ ਸਿਚੁਏਸ਼ਨਸ ਨੇ ਚਾਰ ਹਾਲਾਤ ਨੇ ਹਰ ਹਾਲਾਤ ਵਿੱਚ ਵਾਹਿਗੁਰੂ ਜੀ ਦੱਤਾਂ ਦਿੰਦਿਆਂ ਸੋਝੀ ਦੀਆਂ ਗੁਣਾਂ ਦੀਆਂ ਜਜ਼ਬੇ ਦੀਆਂ ਲਗਨ ਦੀਆਂ ਆਹ ਐਸਾ ਕੀਮਤੀ ਖਜ਼ਾਨਾ ਹੈ ਗੁਰਬਾਣੀ ਕਿੰਨਾ ਕੀਮਤੀ ਖਜ਼ਾਨਾ ਹੈ ਗੁਰੂ ਦਾ ਵਿਰਸਾ ਅਸੀਂ ਕਿੰਨਾ ਉਲਝਣ ਤਾਣੀਆਂ ਵਿੱਚ ਉਲਝ ਕੇ ਇਸ ਨੂੰ ਲਾਸਟ ਤੇ ਰੱਖੀ ਬੈਠੇ ਹਾਂ ਜੇ ਟਾਈਮ ਮਿਲ ਜਾਏਗਾ ਤਾਂ ਦੇਖੀ ਜਾਏਗੀ ਹੱਦ ਹੋਗੀ ਇਹ ਤਾਂ ਫਰਸਟ ਪ੍ਰਾਇੋਰਟੀ ਤੇ ਚਾਹੀਦਾ ਸੀ ਇਹ ਰਹਾਉ ਪਦਾ ਹੈ ਸੈਂਟਰਲ ਆਈਡੀਆ ਸ਼ਬਦ ਦਾ ਗੁਰਮਤਿ RAM ਜਪੈ ਜਨ ਪੂਰਾ ਜਿਹੜਾ ਗੁਰੂ ਦੀ ਸੋਚ ਅਨਸਾਰ ਗੁਰੂ ਦੀ ਮਤ ਅਨਸਾਰ ਗੁਰਬਾਣੀ ਦੀਆਂ ਸਿੱਖਿਆਵਾਂ ਅਨਸਾਰ ਜ਼ਿੰਦਗੀ ਇਦਾਂ ਜਿਹਾ ਹੁੰਦਾ ਕਿ ਜ਼ਿੰਦਗੀ ਜਿਉਣੀ ਉਹਨਾਂ ਦਾ ਜਪਣਾ ਬਣ ਜਾਂਦਾ ਹੈ ਕਿਉਂਕਿ ਪੂਰੀ ਇੱਕ ਬਾਣੀ ਹੈ ਜਪ ਉਸ ਜਪਨਾਮ ਦੀ 38 ਪਦੇ ਤੇ ਦੋ ਸ਼ਲੋਕ ਨੇ ਉਹਦੇ ਅਨਸਾਰ ਜੀਵਨ ਜਿਉਇਆ ਜਾਵੇ ਨਾ ਤੇ ਜ਼ਿੰਦਗੀ ਜਪ ਬਣਦੀ ਹੈ ਜਿਹੜੇ ਗੁਰਮਤ ਅਨਸਾਰ RAM ਨੂੰ ਜਪਦੇ ਨੇ ਵਾਹਿਗੁਰੂ ਜੀ ਨੂੰ ਜਪਦੇ ਨੇ ਉਹ ਰੱਬ ਦੀਆਂ ਨਜ਼ਰਾਂ 'ਚ ਪੂਰੇ ਸੇਵਕ ਬਣ ਜਾਂਦੇ ਨੇ ਰੱਬ ਦੇ ਚਾਕਰ ਬਣ ਜਾਂਦੇ ਨੇ ਉਹ ਆਪਣੇ ਗੁਰੂ ਲਈ ਤੇ ਵਾਹਿਗੁਰੂ ਜੀ ਦੇ ਲਈ ਆਪਾ ਵਾਰਦੇ ਨੇ ਆਖੋ ਵਾਹਿਗੁਰੂ ਚਿਤ ਘਟ ਅਨਹਦ ਬਾਜੇ ਤੂਰਾ ਕਿਵੇਂ ਉਹਨਾਂ ਦੇ ਹਿਰਦੇ ਵਿੱਚ ਹਰ ਵੇਲੇ ਗੁਰੂ ਦੇ ਉਪਦੇਸ਼ ਦਾ ਵਾਜਾ ਵੱਜਦਾ ਆਖੋ ਵਾਹਿਗੁਰੂ ਉਹ ਸੰਸਾਰ ਤੇ ਜੀਵਨ ਜਿਉਂਦੇ ਨੇ ਉਹਨਾਂ ਨੂੰ ਕੋਈ ਵਿਅਕਤੀ ਮਿਲਦਾ ਹੈ ਉਹ ਵਿਅਕਤੀ ਧਾਰਮਿਕ ਲੱਗ ਰਿਹਾ ਹੈ ਇਹ ਉਹਦੇ ਪ੍ਰਭਾਵ ਨੂੰ ਕਬੂਲ ਕੇ ਕਿ ਇਹ ਧਰਮੀ ਹੈ ਚਲੋ ਇਹਦੇ ਕੋਲੇ ਚਾਰ ਗੱਲਾਂ ਕਰਦੇ ਹਾਂ ਪਰ ਜਦੋਂ ਉਹਦੀਆਂ ਗੱਲਾਂ ਸੁਣੀਆਂ ਤਾਂ ਉਹ ਨਿੰਦਾ ਕਰ ਰਿਹਾ ਹੈ ਉਹ ਭਾਵੇਂ ਧਰਮੀ ਲੱਗ ਰਿਹਾ ਪਰ ਉਹਦੇ ਅੰਦਰ ਬਿਰਤੀ ਜਿਹੜੀ ਹੈ ਔਗਣ ਫਰੋਲਣ ਦੀ ਹੈ ਉਹ ਤਾਂ ਹਰ ਇੱਕ ਵਿੱਚੋਂ ਔਗਣ ਚੁੱਕਦਾ ਹੈ اپنی یادداشتے رکھ ਲੈਂਦਾ ہے اس بارے سوچਦਾ ਰਹਿੰਦਾ ہے ਉਹਨੂੰ ਕੋਈ ਲੱਭੇ ਉਹਦੇ ਕੋਲ ਵਿਚਾਰ ਕਰਾਂ ਤੇ ਉਹ ਵਿਚਾਰ ਕਰਦਾ ਉਸ ਮੁਤਾਬਕ ਜਦੋਂ ਵਿਚਾਰ ਕਰਦਾ ਤੇ ਗੁਰਸਿੱਖ ਦੇ ਅੰਦਰ ਇੱਕ ਪੰਗਤੀ ਗੂੰਜਦੀ ਹੈ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਾਨ ਉਹ ਕਹਿੰਦਾ ਵੀਰਾ ਜੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ ਤਾਂ ਫਿਰ ਕਿਤੇ ਟਾਈਮ ਕੱਢ ਲਵਾਂਗੇ ਜੇ ਗੁਰੂ ਦੀ ਗੱਲ ਕਰਨੀ ਹੈ ਤੇ ਆਪਾਂ ਕਰ ਲੈਣੇ ਕਿਵੇਂ ਬਚਿਆ ਕਿਵੇਂ ਸੁਚੇਤ ਹੋਇਆ ਅੰਦਰ ਗੁਰੂ ਦੇ ਉਪਦੇਸ਼ ਦਾ ਬਾਜਾ ਵੱਜਿਆ ਆਖੋ ਵਾਹਿਗੁਰੂ ਉਹਨੂੰ ਅਨਹਦ ਬਾਜਾ ਕਹਿੰਦੇ ਨੇ ਅਨਹਦ ਸ਼ਬਦ ਕਹਿੰਦੇ ਨੇ ਉਹਨੂੰ ਅਨਹਦ ਨਾਦ ਕਹਿੰਦੇ ਨੇ ਜਪਜੀ ਸਾਹਿਬ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾ ਦਿੱਤਾ ਕਿ ਸਾਡੇ ਲਈ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਉਪਦੇਸ਼ ਹੀ ਨਾਦ ਹੈ ਆਖੋ ਵਾਹਿਗੁਰੂ ਉਹ ਹਿਰਦੇ 'ਚ ਵੱਸਦਾ ਪਿਆਰਿਆਂ ਦੇ ਜੋ ਜਨ ਰਾਮ ਭਗਤ ਹਰ ਪਿਆਰ ਉਹਨਾਂ ਦਾ ਤੇ ਰਾਮ ਦੀ ਭਗਤੀ ਪ੍ਰਭੂ ਦੀ ਭਗਤੀ ਨਾਲ ਤੇ ਪ੍ਰਭੂ ਨਾਲ ਪਿਆਰ ਹੁੰਦਾ ਹੈ ਜੇ ਰੱਬ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਹੈ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਹੈ ਤੇ ਭਗਤੀ ਗੁਰਬਾਣੀ ਅਨਸਾਰ ਜੀਵਨ ਜਿਉਣਾ ਭਗਤੀ ਹੈ ਤੇ ਉਸ ਉਪਦੇਸ਼ ਨਾਲ ਉਸ ਸੱਚੇ ਗਿਆਨ ਨਾਲ ਪਿਆਰ ਕਰਨਾ ਇਹੋ ਹੀ ਪਿਆਰਿਆ ਫੇਰੀ ਜ਼ਿੰਦਗੀ ਜਿਉਣ ਦਾ ਇੱਕ ਮਾਰਗ ਹੈ ਕੋ ਵਾਹਿਗੁਰੂ ਇਹਦੇ ਨਾਲ ਗੁਰੂ ਦਾ ਚਾਕਰ ਇਰਾਬ ਦਾ ਚਾਕਰ ਬਣਦਾ ਹੈ ਸੋ ਪ੍ਰਭ ਰੱਖੇ ਕਿਰਪਾ ਧਾਰ ਜਿਹੜੇ ਇਸ ਤਰ੍ਹਾਂ ਜੀਵਨ ਜਿਉਂਦੇ ਨੇ ਵਾਹਿਗੁਰੂ ਜੀ ਉਹਨਾਂ ਨੂੰ ਬੁਰੀਆਂ ਆਦਤਾਂ ਤੋਂ ਬਚਾ ਲੈਂਦੇ ਨੇ ਆਪਣੀ ਕਿਰਪਾ ਕਰਦੇ ਨੇ ਬਖਸ਼ਿਸ਼ ਦਿੰਦੇ ਨੇ ਫਿਰ ਬਖਸ਼ਿਸ਼ ਦੇ ਨਾਲ ਕੁਝ ਕਾਰਜ ਐਸੇ ਨੇ ਜਿਹੜੇ ਹਰ ਕੋਈ ਨਹੀਂ ਕਰ ਸਕਦਾ ਐਣਾ ਪੈਂਦਾ ਹੈ ਬਖਸ਼ਿਸ਼ ਹੈ ਸਾਈਂ ਨਿਭਦੇ ਨੇ ਅਖਵਾਹਿਰੂ ਜਿਨ ਕਹਿ ਹਿਰਦਾ ਹਰ ਹਰ ਸੋਈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਾਸ ਜੀ ਦੇ ਹਿਰਦੇ ਵਿੱਚ ਹਰ ਵੇਲੇ ਵਾਹਿਗੁਰੂ ਜੀ ਦੀ ਪੈ ਭਾਵਨੀ ਅਦਬ ਜੀ ਦੇ ਹਿਰਦੇ ਵਿੱਚ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜੀ ਦੇ ਹਿਰਦੇ ਵਿੱਚ ਹਰ ਵੇਲੇ ਰੱਬੀ ਉਪਦੇਸ਼ ਗੂੰਜਦੇ ਨੇ ਤਨ ਕਾ ਦਰਸ ਪਰਸ ਸੁਖ ਹੋਈ ਉਹਨਾਂ ਦੇ ਦਰਸ਼ਨ ਪਰਸਨ ਕੀਤੇ ਆ ਭਾਵ ਉਹਨਾਂ ਨੂੰ ਮਿਲ ਕੇ ਉਹਨਾਂ ਦੀਆਂ ਵਿਚਾਰਾਂ ਸੁਣ ਕੇ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਅੰਦਰੋਂ ਇੱਕ ਸੰਤੋਸ਼ਟੀ ਮਿਲਦੀ ਹੈ। ਇਹ ਬੰਦਾ ਮਿਲ ਕੇ ਕਹਿੰਦਾ ਬਹੁਤ ਚੰਗਾ ਲੱਗਿਆ ਖੋਵਾ। ਸਰਬ ਜੀ ਆ ਮੈਂ ਇੱਕ ਹੋ ਰਵੈ। ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਅੰਦਰ ਜੋਤ ਬਣ ਕੇ, ਹੁਣ ਬਣ ਕੇ, ਸੋਜੀ ਬਣ ਕੇ ਸਮਾਏ ਹੋਏ ਨੇ। ਪਰ ਮਨਮੁਖ ਅਹੰਕਾਰੀ ਫਿਰ ਜੁਨੀ ਭਵੈ। ਜਿਹੜਾ ਮਨਮੁਖ ਹੈ ਨਾ, ਉਹਨੂੰ ਆਪਣੇ ਸੁਭਾਅ ਤੇ ਆਪਣੀ ਸੋਚ ਤੇ ਹੰਕਾਰ ਹੈ। ਉਹ ਆਪਣੇ ਆਪ ਨੂੰ ਚੰਗਾ ਦੂਸਰਿਆਂ ਨੂੰ ਮਾੜਾ ਸਮਝਦਾ ਹੈ ਕਿ ਉਹ ਆਪਣੀ ਇਸ ਖਰਾਕ ਦੇ ਲਈ ਦੂਜਿਆਂ ਦੇ ਔਗਣੀ ਫੋਕਸ ਕਰਦਾ ਹੈ ਉਹ ਦੂਸਰੇ ਅੰਦਰ ਬੈਠੇ ਹੋਏ ਰੱਬ ਦੇ ਗੁਣਾਂ ਨੂੰ ਰੱਬ ਦੀ ਜੋਤ ਨੂੰ ਦੇਖਦਾ ਨਹੀਂ ਨਤੀਜਾ ਫਿਰ ਜੁਨੀ ਭਵ ਹੈ ਉਹ ਜਿਹੜਾ ਮਨ ਹੈ ਨਾ ਅੰਦਰ ਵੱਖ-ਵੱਖ ਜੁਨੀਆਂ ਵਿੱਚ ਫਿਰਦਾ ਖੋਵੇਗਾ ਪਸ਼ੂ ਪਰਵਿਰਤਿਆਂ ਵਿੱਚ ਜਿਉਂਦਾ ਹੈ ਸਰੀਰ ਮਨੁੱਖ ਦਾ ਹੈ ਮਨ ਮਨੁੱਖੀ ਨਹੀਂ ਹੈ ਸਰੀਰ ਤਾਂ ਇਨਸਾਨ ਦਾ ਹੈ ਮਾਨ ਇਨਸਾਨੀ ਨਹੀਂ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਸੋ ਬੂਝੈ ਜੋ ਸਤਗੁਰ ਪਾਏ ਜਿਨ੍ਹਾਂ ਨੇ ਸਤਗੁਰ ਸਰੂਪ ਨਾਲ ਮਿਲਾਪ ਕਰ ਲਿਆ ਸੱਚੇ ਗਿਆਨ ਦੇ ਨਾਲ ਜਦੋਂ ਗੁਰਬਾਣੀ ਪੜ੍ਹਦੇ ਆਂ ਸੋਚ ਕੇ ਗੁਰੂ ਸਾਹਿਬ ਕਹਿ ਕੀ ਰਹੇ ਨੇ ਉਹ ਜਿਹੜੀ ਆਵਾਜ਼ ਹੈ ਸਤਗੁਰ ਸਰੂਪ ਹੈ ਉਹ ਚੰਗੀ ਲੱਗਣੀ ਸਮਝ ਆ ਜਾਣੀ ਮੰਨਣਾ ਇਹ ਮਿਲਾਪ ਹੈ ਸਮਝ ਲਿਓ ਸਤਗੁਰ ਪਾਲਿਆ ਸੋ ਭੁਜੇ ਉਹਨਾਂ ਨੂੰ ਸੋਝੀ ਆਉਂਦੀ ਹੈ ਉਹ ਮੈਂ ਮਾਰੇ ਗੁਰਸ਼ਬਦ ਦੇ ਪਾਏ ਉਹ ਆਪਣੇ ਸੁਭਾਅ ਦੀ ਪਕੜ ਸੋਚ ਦੀ ਪਕੜ ਨੂੰ ਮਾਰ ਲੈਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਸੁਭਾਅ ਕਦੀ ਸੰਪੂਰਨ ਨਹੀਂ ਹੋ ਸਕਦਾ ਕੋਈ ਵਾਇਗਰ ਸੋਚ ਕਦੀ ਸੰਪੂਰਨ ਨਹੀਂ ਹੋ ਸਕਦੀ ਅਸੀਂ ਅਲਪਗ ਹਾਂ ਅਸੀਂ ਭੁੱਲਣਹਾਰਾਂ ਬੋਲ ਕਦੀ ਸੰਪੂਰਨ ਨਹੀਂ ਹੁੰਦੇ ਫਾਈਨਲ ਵਰਜ਼ਨ ਨਹੀਂ ਹੋ ਸਕਦਾ ਹੁੰਦਾ ਆਖਰੀ ਸੱਚ ਨਹੀਂ ਹੁੰਦਾ ਇਰ ਹਰ ਵੇਲੇ ਸਿੱਖਣਾ ਸੁਵਾਰਨਾ ਸ਼ਿੰਗਾਰਨਾ ਬੁਰੇ ਵਰਤਾਰਿਆਂ ਚੋਂ ਵੀ ਸਿੱਖਦੇ ਨੇ ਸੱਚਾ ਗਿਆਨ ਦੇ ਦਰਸ਼ਨ ਕਰਦੇ ਨੇ ਚੰਗੇ ਵਰਤਾਰਿਆਂ ਵਿੱਚੋਂ ਵੀ ਸੱਚੇ ਗਿਆਨ ਦੇ ਦਰਸ਼ਨ ਕਰ ਲੈਂਦੇ ਨੇ ਕਿਉਂਕਿ ਹਰ ਥਾਂ ਤੋਂ ਗੁਰ ਸਰੂਪ ਨੂੰ ਤੱਕਦੇ ਨੇ ਗੁਰੂ ਦੇ ਉਪਦੇਸ਼ ਨੂੰ ਪਾ ਲੈਂਦੇ ਨੇ ਆਖੋ ਵਾਹਿਗੁਰੂ ਸਿੱਖਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਾਉਂਦੇ ਨੇ ਹਰ ਥਾਂ ਤੋਂ ਅਰਧ ਉਰਧ ਕੀ ਸੰਦ ਕਿਉਂ ਜਾਣਾਂ ਸਤ ਗੁਰੂ ਜੀ ਕਹਿੰਦੇ ਪਿਆਰਿਓ ਸੋਚੋ ਪਲਾ ਅਰਧ ਹੁੰਦਾ ਨੀਮਾ ਉਰਦ ਹੁੰਦਾ ਉੱਚਾ ਇੱਕ ਬਿਲਕੁਲ ਨੀਮਾ ਹੋਵੇ ਇੱਕ ਬਿਲਕੁਲ ਉੱਚਾ ਹੋਵੇ ਦੋਨਾਂ ਦੀ ਸੰਧੀ ਮਿਲਾਬ ਕੇਵੇਂ ਹੋ ਸਕਦਾ ਹੈ ਰੱਬੀ ਗਿਆਨ ਬਹੁਤ ਉੱਚੀ ਉਡਾਰੀ ਹੈ ਮਨ ਮੁਕਤਾਈ ਦਾ ਗਿਆਨ ਬਹੁਤ ਨੀਮੀ ਉਡਾਰੀ ਹੈ ਗੁਰਮੁਖਤਾਈ ਦੇ ਰਾਸ ਬਹੁਤ ਉੱਚੇ ਰਾਸ ਨੇ ਮਨ ਮੁਖਤਾਈ ਦੇ ਰਾਸ ਬਹੁਤ ਨੀਵੇਂ ਰਾਸ ਨੇ ਸੈਲਫਿਸ਼ ਹੋ ਕੇ ਦੁਨਿਆਵੀ ਪ੍ਰਾਪਤੀਆਂ ਕਰਨੀ ਹੈ ਉਹਦਾ ਸੁਆਦ ਆਉਣਾ ਬਹੁਤ ਨੀਮਾ ਜਿਹਾ ਸੁਆਦ ਹੈ ਪਰਕਾਰ ਕਰਕੇ ਗੁਰੂ ਦੀ ਬਖਸ਼ਿਸ਼ ਦਾ ਆਨੰਦ ਮਾਣਨਾ ਬਹੁਤ ਉੱਚਾ ਰਸ ਹੈ ਦੋਨਾਂ ਦੀ ਸੰਧੀ ਨਹੀਂ ਹੋ ਸਕਦੀ ਜਿਵੇਂ ਅਸਮਾਨ ਦਾ ਫਰਕ ਹੈ ਜਿਵੇਂ ਅਸਮਾਨ ਨੂੰ ਹੀ ਅਰਧ-ਅਰਧ ਕਹਿੰਦੇ ਨੇ ਗੁਰਮਖ ਸੰਧ ਮਿਲਾ ਮਨ ਮਨ ਤੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਮਨ ਨੂੰ ਚੰਗੇ ਲੱਗਣ ਤੇ ਮਨ ਮੰਨਣ ਲੱਗ ਜਾਵੇ ਜਿਹੜਾ ਨੀਮਾ ਮਾਨ ਹੈ ਨਾ ਇਹ ਉੱਚਾ ਹੋ ਜਾਂਦਾ ਹੈ ਇਹਦਾ ਲੈਵਲ ਉੱਚਾ ਹੋ ਜਾਂਦਾ ਹੈ ਕਮ ਪਾਪੀ ਨਿਰਗੁਣ ਕਉ ਗੁਣ ਕਰੀਐ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਪਾਪੀਆਂ ਨੂੰ ਨਿਰਗੁਣਿਆਰਿਆਂ ਨੂੰ ਗੁਣਾ ਵਾਲੇ ਬਣਾ ਦਿੰਦੇ ਨੇ ਏ ਵਾਹਿਗੁਰੂ ਜੀ ਸਾਡੇ ਤੇ ਸਦਾ ਕਿਰਪਾ ਕਰੋ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਜਦੋਂ ਪ੍ਰਾਪਤੀ ਹੁੰਦੀ ਹੈ ਨਾ ਇਹ ਜਿਹੜੇ ਸੇਵਕ ਨੇ ਕਹਿੰਦੇ ਨੇ ਇਹ ਤੇ ਵਾਹਿਗੁਰੂ ਜੀ ਨੇ ਕੀਤਾ ਤੇ ਗੁਰੂ ਨੇ ਕੀਤਾ ਉਹ ਕਹਿੰਦੇ ਨੇ ਵਾਹਿਗੁਰੂ ਜੀ ਦਿਆਲੂ ਹੁੰਦੇ ਨੇ ਤੇ ਫਿਰ ਜ਼ਿੰਦਗੀ ਜਿਉਣੀ ਸਿਖਾ ਦਿੰਦੇ ਨੇ ਜ਼ਿੰਦਗੀ ਨੂੰ ਮੈਨਜ਼ ਕਰਨਾ ਸਿਖਾ ਦਿੰਦੇ ਨੇ 16 ਅਸ਼ਟਪਦੀਆਂ ਗੁਆਰੇ ਦੀ ਗੌੜੀ ਕਿਆਂ ਇੱਥੋਂ ਤੱਕ ਗੌੜੀ ਜਿਹੜੀ ਗੁਆਰੇ ਗੁਆਰੇ ਦੀ ਕਿਸਮ ਦੀ ਗੌੜੀ ਹੈ ਉਹਦੀਆਂ 16 ਅਸ਼ਟਪਦੀਆਂ ਸਨ ਇਤੋਨ ਤੱਕ ਗੁਰੂ ਨਾਨਕ ਪਾਤਸ਼ਾਹ ਦੀਆਂ ਅੱਗੇ ਫਿਰ ਅਸ਼ਟਪਦੀਆਂ ਜਿਹੜੀਆਂ ਨੇ ਏ ਗੌੜੀ ਬੈਰਾਗਣ ਦੀਆਂ ਸ਼ੁਰੂ ਹੋ ਰਹੀਆਂ ਨੇ ਗੌੜੀ ਬੈਰਾਗਣ ਮਹੱਲਾ ਪਹਿਲਾ ਗੌੜੀ ਦੀ ਕਿਸਮ ਹੈ ਬੈਰਾਗਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ ੴ ਸਤਿਗੁਰ ਪ੍ਰਸਾਦਿ ਵਾਹਿਗੁਰੂ ਜੀ ਇੱਕ ਹੈ ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਮਾਰਗ ਤੇ ਤੁਰਨ ਦੀ ਯੋਗਤਾਉਂਦੀ ਹੈ ਵੈਗ ਅਗਰ ਜੀ ਨਾਲ ਪਿਆਰ ਬਣਦਾ ਹੈ। ਹੁਣ ਸਤਗੁਰੂ ਜੀ ਸਿਖਾ ਰਹੇ ਨੇ ਉਦਾਹਰਨਾਂ ਦੇ ਕੇ ਜਿਉਂ ਗਾਈ ਕੋ ਗੋਇਲੀ ਰੱਖੇਂ ਕਰ ਸਾਰਾ ਗਾਇਆਂ। ਉਹਨਾਂ ਨੂੰ ਕੌਣ ਸੰਭਾਲਦਾ ਹੈ? ਗੋਇਲੀ ਗਵਾਲਾ ਗਊਆਂ ਦਾ ਮਾਲਕ ਜਿਵੇਂ ਉਹ ਗਊਆਂ ਦਾ ਮਾਲਕ ਹਰ ਵੇਲੇ ਗਊਆਂ ਤੇ ਨਜ਼ਰ ਰੱਖਦਾ ਹੈ। ਉਹ ਚਰਦੀਆਂ ਚਰਦੀਆਂ ਜਾਂਦੀਆਂ ਨੇ। ਕਿਤੇ ਦੂਰ ਨਾ ਚਲੀਆਂ ਜਾਣ ਕਿਤੇ ਗਲਤ ਪਾਸੇ ਨਾ ਚਲੀਆਂ ਜਾਣ ਨਜ਼ਰ ਕੌਣ ਰੱਖ ਰਿਹਾ ਹੈ ਗਵਾਲਾ ਇਸੇ ਤਰ੍ਹਾਂ ਅਹਨੇ ਸੁਪਾਲਾ ਹੈ ਰਾਖਲੇ ਆਤਮ ਸੁਖ ਸਾਰਾ ਜਿਹੜੇ ਰੱਬ ਦੇ ਹੋ ਜਾਂਦੇ ਨੇ ਗੁਰੂ ਦੇ ਹੋ ਜਾਂਦੇ ਨੇ ਗੁਰੂ ਸਾਹਿਬ ਉਹਨਾਂ ਨੂੰ ਆਪਣੀ ਉਪਦੇਸ਼ਾਂ ਰਾਹੀਂ ਆਤਮਿਕ ਜੀਵਨ ਦੀ ਰੋਹਾਨੀ ਖੁਰਾਕ ਦੇ ਕੇ ਪਾਲਦੇ ਨੇ ਵਾਹਿਗੁਰੂ ਵਾਹਿਗੁਰੂ ਜੀ ਸੱਚੇ ਗਿਆਨ ਰਾਹੀ ਇਹਨੂੰ ਗੁਣਾ ਦੀ ਰੋਹਾਨੀ ਖੁਰਾਕ ਦਿੰਦੇ ਨੇ ਫਿਰ ਉਹ ਗੁਰੂ ਦੇ ਮਿਸ਼ਨ ਤੇ ਤੁਰਦੇ ਨੇ ਗੁਰੂ ਕੇ ਪਿਆਰੇ ਗੁਰੂ ਦਾ ਮਿਸ਼ਨ ਪਰਪਕਾਰ ਦਾ ਮਿਸ਼ਨ ਹੈ ਪਰਪਕਾਰ ਦੇ ਮਿਸ਼ਨ ਤੇ ਜਦੋਂ ਰੁਕਾਵਟਾਂ ਹੁੰਦੀਆਂ ਨੇ ਵਿਗਨ ਆਉਂਦੇ ਨੇ ਜਜ਼ਬਾ ਚਾਹੀਦਾ ਵਾਹਿਗੁਰੂ ਸੱਚੇ ਪਾਤਸ਼ਾਹ ਜਜ਼ਬਾ ਦਿੰਦੇ ਨੇ ਤੇ ਲਗਨ ਚਾਹੀਦੀ ਹੈ ਵਾਹਿਗੁਰੂ ਜੀ ਲਗਨ ਦਿੰਦੇ ਨੇ ਸਿੱਧਕ ਚਾਹੀਦਾ ਹੈ ਵਾਹਿਗੁਰੂ ਜੀ ਸਿੱਧਕ ਦਿੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਸਿੱਧਕ ਲਗਨ ਜਜ਼ਬਾ ਦੇ ਦਿੰਦੇ ਨੇ ਸੋ ਫਿਰ 돌ਦੇ ਨਹੀਂ ਪਰਉਪਕਾਰ ਦੇ ਮਿਸ਼ਨ ਤੇ ਤੁਰਨ ਦੀ ਚਾਲ ਕਦੀ ਮੱਧਮ ਹੋ ਗਈ ਕਦੀ ਤੇਜ਼ ਹੋ ਗਈ ਇਹ ਤੇ ਉਤਰਾ ਚੜਾ ਨੇ ਪਰ ਉਹ ਰੁਕਦੇ ਨਹੀਂ ਤੁਰਦੇ ਰਹਿੰਦੇ ਨੇ ਇੱਕ ਰਾਹ ਬੰਦ ਹੁੰਦਾ ਦੂਸਰਾ ਰਾਹ ਪਣਾਉਂਦੇ ਨੇ ਪਰਉਪਕਾਰ ਕਰਦੇ ਰਹਿੰਦੇ ਨੇ ਵਾਹਿਗੁਰੂ ਜੀ ਐਸੇ ਪਰਉਪਕਾਰੀ ਜੋ ਅੰਦਰਲਾ ਜੀਵਨ ਹੈ ਉਹਦਾ ਪਾਲਣ ਪੋਸ਼ਣ ਕਰਨ ਵਾਸਤੇ ਉਹਦੇ ਅੰਦਰ ਇੱਕ ਜਨੂਨ ਪੈਦਾ ਕਰ ਦਿੰਦੇ ਨੇ ਉਹ ਜਦੋਂ ਆਪਣੀ ਜ਼ਿੰਦਗੀ ਵਿੱਚ ਆਈਆਂ ਹੋਈਆਂ ਰੁਕਾਵਟਾਂ ਬਿਗਨ ਦੁੱਖਾਂ ਨੂੰ ਦੇਖਦੇ ਨੇ ਅੰਦਰ ਜਜ਼ਬਾ ਹੋਰ ਜਾਗਦਾ ਹੈ ਸ਼ੁਕਰਾਨਾ ਜਾਗਦਾ ਵਾਹਿਗੁਰੂ ਜੀ ਸ਼ੁਕਰ ਤੁਹਾਡਾ ਤੁਸੀਂ ਡੋਲਣ ਨਹੀਂ ਦਿੱਤਾ ਖੋ ਵਾਹਿਗੁਰੂ ਉਹ ਜਿਹੜਾ ਸ਼ੁਕਰ ਹੈ ਉਹ ਆਤਮਿਕ ਸੁਖ ਹੈ ਆਤਮ ਸੁਖ ਧਾਰਾ ਇਦਾਂ ਵਾਹਿਗੁਰੂ ਸੱਚੇ ਪਾਤਸ਼ਾਹ ਸੱਚਾ ਗਿਆਨ ਬਣ ਕੇ ਗੁਰੂ ਦੇ ਉਪਦੇਸ਼ ਬਣ ਕੇ ਸਾਡੇ ਅੰਦਰ ਲਈ ਜੀਵਨ ਦੀ ਪਾਲਣਾ ਕਰਦੇ ਨੇ ਜਿਵੇਂ ਗਵਾਲਾ ਆਪਣੀਆਂ ਗਊਆਂ ਦੀ ਪਾਲਣਾ ਕਰਦਾ ਹੈ। ਇਹ ਤੇ ਉਤਰਾਖੋ ਦੀਨ ਦਿਆਲਾ ਹੈ ਵਾਹਿਗੁਰੂ ਜੀ। ਸਾਡੇ ਅੰਦਰ ਤੇ ਬਾਹਰ ਸਾਨੂੰ ਹਰ ਵੇਲੇ ਬੁਰਿਆਈਆਂ ਤੋਂ ਬਚਾ ਕੇ ਰੱਖੋ ਵਾਹਿਗੁਰੂ ਜੀ। ਤੁਸੀਂ ਆਪ ਹੀ ਕਿਰਪਾ ਕਰੋ। ਅੰਦਰ ਆਤਮਿਕ ਜੀਵਨ ਗੁਰਮਖ ਸੁਭਾਅ ਗੁਰਮਤ ਵਾਲੀ ਸੋਚ विरुदे मार्ग ते ਤੁਰਨ ਵਾਲੇ ਜਜ਼ਬੇ ਲਗਨ ਪਿਆਰ ਤੁਸੀਂ ਆਪ ਹੀ ਬਣਾ ਕੇ ਰੱਖੋ ਵਾਹਿਗੁਰੂ ਜੀ ਤੋ ਸ਼ਰਨਾਗਤ ਨਦਰ ਨਿਹਾਲਾ ਰਹਾਓ ਤੁਹਾਡੀ ਸ਼ਰਨ ਆਏ ਹਾਂ ਜਦੋਂ ਤੁਹਾਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ ਅੰਦਰ ਆਨੰਦ ਆ ਜਾਂਦਾ ਹੈ ਮਨ ਨਿਹਾਲ ਹੋ ਜਾਂਦਾ ਹੈ ਕਿਉਂਕਿ ਤੁਸੀਂ ਕਦੀ ਸਾਥ ਨਹੀਂ ਛੱਡਦੇ ਆਖੋ ਵਾਹਿਗੁਰੂ ਤੁਸੀਂ ਤੋੜ ਨਿਭਦੇ ਹੋ ਵਾਹਿਗੁਰੂ ਜੀ ਹਰ ਵੇਲੇ ਨਿਭਦੇ ਹੋ ਜਹਾਂ ਜਹਾਂ ਦੇਖਾਂ ਤਹ ਰੱਬ ਰਹੇ ਰੱਖ ਰੱਖਣ ਹਾਰਾ ਹੈ ਵਾਈਗੁਰੂ ਜੀ ਤੁਸੀਂ ਰੱਖਣ ਹਾਰੇ ਹੋ ਜਿੱਧਰ ਵੀ ਦੇਖਦੇ ਹਾਂ ਤੁਸੀਂ ਸੱਚਾ ਗਿਆਨ ਬਣ ਕੇ ਸਿੱਖਿਆ ਬਣ ਕੇ ਉਪਦੇਸ਼ ਬਣ ਕੇ ਅਰਥਾਂ ਤੇ ਵਸੇ ਹੋਏ ਹੋ ਜਿਨ੍ਹਾਂ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਨੂੰ ਦੇਖ ਕੇ ਸਹਿਯੋਗ ਦੇਣ ਵਾਲਿਆਂ ਨੂੰ ਦੇਖ ਕੇ ਤੇਰੀ ਸਿੱਖਿਆ ਅੰਦਰ ਜਜ਼ਬਾ ਬਣਾਉਂਦੀ ਹੈ ਵਾਈਗੁਰੂ ਜੀ ਜਿਨ੍ਹਾਂ ਵਿਰੋਧ ਕੀਤਾ ਉਹਨਾਂ ਦੇ ਵਿਰੋਧ ਨੂੰ ਦੇਖ ਕੇ ਵਿਰੋਧ ਕਰਨ ਵਾਲਿਆਂ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ ਵਾਹਿਗੁਰੂ ਜੀ ਤੁਸੀਂ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਰਮੇ ਹੋਏ ਤੁਸੀਂ ਗੁਣ ਬਣ ਕੇ ਹਰ ਥਾਂ ਤੇ ਰਮੇ ਹੋਏ ਹੋ ਤੁਸੀਂ ਨਿਜ਼ਮ ਬਣ ਕੇ ਹਰ ਥਾਂ ਤੇ ਰਮੇ ਹੋਏ ਹੋ ਤੁਸੀਂ ਜੋਤ ਬਣ ਕੇ ਹਰ ਥਾਂ ਤੇ ਰਮੇ ਹੋਏ ਜਹ ਦੇਖੋ ਤਹ ਰਬ ਰਹੇ ਰਖ ਰਖਨ ਹਾਰਾ ਹੈ ਰਖਨਾਰੇ ਵਾਹਿਗੁਰੂ ਜੀ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਤੁਸੀਂ ਦਾਤਾ ਦਿੰਦੇ ਹੋ ਐਸਾ ਨਿਜ਼ਮ ਬਣਾ ਦਿੱਤਾ ਹੈ ਕਿ ਰੱਬ ਦੇ ਨਿਜ਼ਮ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਅਧਿਆਤਮਿਕਤਾ ਦੀਆਂ ਦਾਤਾਂ ਦਿੰਦੇ ਆ ਜਿਹੜੇ ਮਨਮੁਖ ਬਣ ਕੇ ਜਿਉਂਦੇ ਨੇ ਉਹਨਾਂ ਨੂੰ ਮਨਮੁਖਤਾਈ ਦੀਆਂ ਦਾਤਾਂ ਵੰਡੀ ਜਾ ਰਹੇ ਹੋ ਇਸ ਕੁਦਰਤ ਵਿੱਚ ਸਭ ਕੁਝ ਰੱਖ ਦਿੱਤਾ ਤੁਸੀਂ ਉਧਰ ਪੁਖਤਾ ਹੋਣ ਵਾਲਾ ਜੀਵਨ ਉਹਦੇ ਵਿੱਚ ਨਿਜ਼ਮ ਬਣ ਕੇ ਜੋਤ ਬਣ ਕੇ ਤੁਸੀਂ ਹੀ ਹੋ ਵਾਹਿਗੁਰੂ ਜੀ ਤੇ ਤੁਸੀਂ ਹੀ ਮੇਰੇ ਪ੍ਰਾਣਾਂ ਦੇ ਆਧਾਰ ਹੋ ਮੇਰੇ ਜੀਵਨ ਦੇ ਉਹ ਟਾਸਰੇ ਹੋ ਕਿਰਤ ਪਿਆ ਅਦ ਊਰ ਦੀ ਬਿਨ ਗਿਆਨ ਵਿਚਾਰਾ ਜਿਹੜਾ ਮਨ ਹੈ ਨਾ ਸੱਚੇ ਗਿਆਨ ਤੋਂ ਬਿਨਾ ਤੇ ਗਿਆਨ ਦੀ ਵਿਚਾਰ ਤੋਂ ਬਿਨਾ ਜੀ ਨੂੰ ਗੁਰੂ ਵਿਰਸੇ ਦਾ ਗਿਆਨ ਨਹੀਂ ਮਿਲਿਆ ਨਾ ਬਚਪਨ ਵਿੱਚ ਮਾਪਿਆਂ ਨੇ ਦਿੱਤਾ ਨਾ ਉਹਨੂੰ ਸਕੂਲ ਤੋਂ ਮਿਲਿਆ ਨਾ ਉਹਨੂੰ ਆਪਣੇ ਮਿੱਤਰਾਂ ਤੋਂ ਮਿਲਿਆ ਉਦੇ ਅੰਦਰ ਕੋ ਕੂੜ ਦੇ ਕੋ ਸੰਗ ਦੇ ਸੰਸਕਾਰ ਭਰੇ ਗਏ ਉਹ ਸੰਸਕਾਰ ਅੰਦਰੋਂ ਜਦੋਂ ਖਿਆਲ ਬਣਦੇ ਨੇ ਉਹ ਕਦੀ ਐਸਾ ਖਿਆਲ ਬਣਦੇ ਨੇ ਇਹਨੂੰ ਡੁਲਾ ਦਿੰਦੇ ਨੇ ਕਦੀ ਐਸਾ ਖਿਆਲ ਬਣਦੇ ਨੇ ਭੈ ਪੈਦਾ ਕਰ ਦਿੰਦੇ ਨੇ ਕਦੀ ਐਸਾ ਖਿਆਲ ਬਣਦੇ ਨੇ ਦੇ ਅੰਦਰ ਕਨਫਿਊਜ਼ਨ ਪੈਦਾ ਕਰ ਦਿੰਦੇ ਨੇ ਉਹ ਜਿਹੜੇ ਖਿਆਲ ਉੱਠਦੇ ਨੇ ਦੀ ਕਿਰਤ ਬਣਦੀ ਐ ਅਦ ਊਰਧਿ ਇਹ ਮਨ ਜਿਹੜਾ ਕਦੀ ਹੇਠਾਂ ਕਦੀ ਉੱਪਰ ਅਦ ਊਰਧਿ ਕਦੀ ਨੀਚੇ ਪਾਸੇ ਕਦੀ ਉੱਤੇ ਪਾਸੇ ਕਦੀ ਗੁਰੂ ਵਾਲੇ ਪਾਸੇ ਕਦੀ ਮਨ ਮੁਕਤਾਈ ਵਾਲੇ ਪਾਸੇ ਕਦੀ ਤੁਰ ਪਿਆ ਕਦੀ ਰੁਕ ਗਿਆ ਕਦੀ ਤੁਰ ਪਿਆ ਕਦੀ ਡੋਲ ਗਿਆ ਅੱਧ ਵਿਚਾਲੇ ਲਮਕਦਾ ਹੋਇਆ ਜੀਵਨ ਬਿਨ ਗਿਆਨ ਵਿਚਾਰਾ ਗੁਰੂ ਦੇ ਉਪਦੇਸ਼ਾਂ ਦੀ ਸੋਝੀ ਨਹੀਂ ਗੁਰੂ ਵਿਰਸੇ ਦਾ ਗਿਆਨ ਨਹੀਂ ਉਹਨੂੰ ਸਮਝਿਆ ਨਹੀਂ ਮੰਨਿਆ ਨਹੀਂ ਬੇਨੁਪਮ ਜਗਦੀਸ਼ ਕੀ ਬਿਨਸ ਨਾਂ ਦਿਯਾਰਾ ਵਾਹਿਗੁਰੂ ਜੀ ਦੀ ਸਿਫਤ ਸਲਾਗਾ ਤੋਂ ਬਿਨਾ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼ ਤੋਂ ਬਿਨਾ ਵਾਹਿਗੁਰੂ ਜੀ ਦੇ ਗੁਨਾ ਤੋਂ ਬਿਨਾ ਗੁਰੂ ਦੀ ਬਾਣੀ ਦੀਆਂ ਸਿੱਖਿਆਵਾਂ ਤੋਂ ਬਿਨਾ ਗੁਰੂ ਦੇ ਵਿਰਸੇ ਦੇ ਗਿਆਨ ਤੋਂ ਬਿਨਾ ਇਹ ਅੰਦਰਲਾ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋ ਸਕਦਾ ਕਿਉਂਕਿ ਕੁਸੰਗੀ ਸੰਸਕਾਰ ਪਤਾ ਨਹੀਂ ਕਿਤਨੇ ਅੰਦਰ ਪਰੇ ਪਏ ਹੁੰਦੇ ਨੇ ਆਖ ਵਾਹਿਗੁਰੂ ਜਾਗ ਬਿਨ ਸਤ ਹਮ ਦੇ ਕੀਆ ਲੋਭੇ ਅਹੰਕਾਰਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਸੰਸਾਰ ਵਿੱਚ ਲੋਭ ਹੰਕਾਰ ਦੇ ਵਿੱਚ ਅੰਦਰ ਗੁਣਾਤੇ ਆਤਮਿਕ ਜੀਵਨ ਨੂੰ ਵਿੰਸਦੇ ਹੋਏ ਖਤਮ ਹੁੰਦੇ ਹੋਏ ਦੇਖਿਆ ਖੋ ਵਾਹਿਗੁਰੂ ਕੋਈ ਬਾਣੀ ਪੜਦਾ ਸੀ ਬਾਣੀ ਪੜਨੀ ਛੱਡ ਗਿਆ ਕੋਈ ਨਾ ਕੋਈ ਲੋਭ ਲਾਲਚ ਆ ਗਿਆ ਹੋਵੇਗਾ ਲੋਭ ਦੀਆਂ ਲਹਿਰਾਂ ਨੇ ਘੇਰ ਲਿਆ ਹੋਵੇਗਾ ਹੰਕਾਰ ਦੀਆਂ ਲਹਿਰਾਂ ਨੇ ਫਸਾ ਲਿਆ ਹੋਵੇਗਾ ਕੋਈ ਪਰਪਕਾਰ ਦੇ ਮਾਰਗ ਤੇ ਤੁਰਦਾ ਸੀ ਛੱਡ ਗਿਆ ਉਹਨੂੰ ਜ਼ਿੰਦਗੀ ਦੀ ਧਾਰਾ ਵਿੱਚ ਕਿਸੇ ਹੋਰ ਪਾਸੇ ਤੋਂ ਲੋਭ ਜਾਗ ਪਿਆ ਹੋਵੇਗਾ ਉਲਝ ਗਿਆ ਹੋਵੇਗਾ ਉਹਦੋਂ ਸਤਿਗੁਰੂ ਕਹਿੰਦੇ ਮੈਂ ਜਗਤ ਨੂੰ ਵਿੰਸ ਦੇ ਦੇਖਿਆ ਕਿਸੇ ਦੇ ਅੰਦਰ ਜਜ਼ਬਾ ਮਰਦੇ ਦੇਖਿਆ ਕਿਸੇ ਦੇ ਅੰਦਰ ਸਿੱਧਕ ਮਰਦਾ ਦੇਖਿਆ ਕਿਸੇ ਦੇ ਅੰਦਰ ਰੱਬੀ ਤੇ ਗੁਰੂ ਦਾ ਪਿਆਰ ਮਰਦਾ ਦੇਖਿਆ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਜਿਨ੍ਹਾਂ ਨੂੰ ਗੁਰ ਸਰੂਪ ਦੀ ਸੇਵਾ ਗੁਰ ਤੇ ਪ੍ਰਭ ਵਿੱਚ ਫਰਕ ਨਹੀਂ ਹੈ ਰਬ ਸੱਚਾ ਗਿਆਨ ਬਣ ਕੇ ਹੈ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਜੋ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਚਾ ਗਿਆਨ ਹੈ ਉਹ ਉਹੋ ਹੀ ਗੁਰ ਸਰੂਪ ਹੈ ਗੁਰੂ ਦਾ ਇਸ ਗੁਰ ਪ੍ਰਭ ਦੀ ਸੇਵਾ ਉਪਦੇਸ਼ ਨੂੰ ਮੰਨਣਾ ਹੈ ਉਪਦੇਸ਼ ਨੂੰ ਮੰਨ ਕੇ ਸੱਚ ਦਾ ਮਾਰਗ ਮਿਲਦਾ ਹੈ ਤੇ ਸੱਚ ਦੇ ਮਾਰਗ ਦੇ ਨਾਲ ਬੁਰਾਈਆਂ ਦੀਆਂ ਆਤਾਂ ਤੋਂ ਮੁਕਤੀ ਮਿਲਦੀ ਆਖੋ ਵਾਹਿਗੁਰੂ ਇਹ ਸੱਚ ਦਾ ਰਸ ਮੁਕਤੀ ਦਾ ਦਵਾਰਾ ਹੈ ਨੇਜ ਘਰ ਮਹਿਲ ਅਪਾਰ ਕੋਹ ਪਰੰਪਰ ਸੋਈ ਜਿਨ੍ਹਾਂ ਨੂੰ ਇਨੇਜ ਘਰ ਮਿਲ ਗਿਆ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਨੇਜ ਕਰ ਹੈ ਇਹ ਅਪਰੰਪਾਰ ਪਰੇ ਤੋਂ ਪਰੇ ਬਿਆੰਤ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਪਣਾ ਮਹਿਲ ਹੈ ਜਿਨ੍ਹਾਂ ਚਿਰ ਸੁਭਾਅ ਮਨਮੁਖ ਰਹੇਗਾ ਅੰਦਰ ਗੁਣ ਨਹੀਂ ਆ ਸਕਦੇ ਰੱਬੀ ਗੁਣ ਨਹੀਂ ਆ ਸਕਦੇ ਗੁਰੂ ਦਾ ਜਜ਼ਬਾ ਨਹੀਂ ਆ ਸਕਦਾ ਕੁਰਬਾਨੀ ਦਾ ਪਿਆਰ ਨਹੀਂ ਜਾ ਸਕਦਾ ਇਸ ਮਾਰਗ ਤੇ ਤੁਰਨ ਦਾ ਹੌਸਲਾ ਹੀ ਨਹੀਂ ਪੈ ਸਕਦਾ ਜਿਉਂ-ਜਿਉਂ ਸੁਭਾਅ ਗੁਰਮੁਖ ਬਣਦਾ ਜਾਏਗਾ ਸੋਚ ਗੁਰਮਤ ਵਾਲੀ ਬਣਦੀ ਜਾਏਗੀ ਇਸ ਮਹਿਲ ਵਿੱਚ ਹੀ ਵਾਇਕ੍ਰੀ ਜੀ ਦੀ ਬਖਸ਼ਿਸ਼ ਨੇ ਰਹਿਮਤਾ ਕਰਨੀਆਂ ਨੇ ਬਿਨ ਸ਼ਬਦ ਹੈ تیر ਕੋ ਨਹੀਂ ਬੂਝੈ ਸੁਖ ਹੋਈ ਗੁਰੂ ਦੇ ਉਪਦੇਸ਼ ਮੰਨਣ ਤੋਂ ਬਿਨਾ ਇਹ ਗੁਰਮਖ ਮਹਿਲ ਦਾ ਟਿਕਾਣਾ ਨਹੀਂ ਮਿਲੇਗਾ। ਮਿਰੂ ਦੇਪਦੇਸ ਨੂੰ বুঝੇਗਾ ਸਮਝੇਗਾ ਜਿੰਦਗੀ ਚ ਮੰਨੇਗਾ ਤੇ ਆਤਮਿਕ ਸੁਖ ਹੁੰਦਾ ਆ ਕੋਈ ਸੁਖ ਕੋਈ। বুঝ ਜਾਏ ਸੁਖ ਕੋਈ। ਕੀ ਲਿਆ ਆਇਆ ਲੈ ਜਾਏ ਕੀ ਫਸੈ ਜਮਜਾਲਾ। ਚਰਿਆ ਦੁਨਿਆਵੀ ਪ੍ਰਾਪਤੀਆਂ ਦੇ ਲਈ ਇਤਨੀ ਵੱਡੀ ਉਲਝਣ ਤਾਣੀ ਆਪਣੇ ਚਾਰ ਸਫੇਰੇ ਬੁਣੇ ਬੈਠਾ ਹੈ ਕਿ ਨਿਕਲ ਨੂੰ ਜਗ੍ਹਾ ਨਹੀਂ ਮਿਲ ਰਹੀ। ਉਸ ਉਲਝਣਤਾਣੀ ਦੇ ਵਿੱਚ ਕਦੀ ਕ੍ਰੋਧ ਕਦੀ ਲੋਭ ਵਿਚਾਰਾਂ ਦਾ ਜਾਲ ਵਿਛਿਆ ਪਿਆ ਹੈ ਸੋਚ ਕੇ ਦੇਖ ਕੀ ਲੈ ਕੇ ਆਇਆ ਸੀ ਤੇ ਕੀ ਲੈ ਕੇ ਜਾਏਗਾ ਖੋ ਵਾਏ ਗਰੂ ਜਦੋਂ ਆਇਆ ਸੀ ਮੇਰੇ ਕੋਲ ਤਾਂ ਪ੍ਰੋਪਰਟੀ ਸੀ ਬਾਪੂ ਕੋਲੇ ਸੀ ਬਾਪੂ ਜਾਏਗਾ ਕੀ ਲੈ ਜਾਏਗਾ ਅਸੀਂ ਵੀ ਇੱਥੇ ਛੱਡ ਜਾਣਾ ਇਸ ਲਈ ਪਰਿਵਾਰਿਕ ਲੋੜਾਂ ਲਈ ਬੱਚਿਆਂ ਨੂੰ ਪਾਲਣ ਦੇ ਲਈ ਯਤਨਤਾ ਕਰਨੇ ਨੇ ਇਤਨਾ ਨਹੀਂ ਉਲਝਣਾ ਕਿ ਅਸਲੀ ਯਤਨ ਰਹਿ ਜਾਵੇ ਆਖੋ ਵਾਹਿਗੁਰੂ ਸਤਿਗੁਰੂ ਕਹਿਣ ਲੱਗੇ ਹੁੰਦਾ ਕੀ ਹੈ ਡੋਲ ਬੱਧਾ ਕਸ ਜੇਬਰੀ ਆਕਾਸ਼ ਪਤਾਲਾ ਖੂਹ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਜਿਹੜੀ ਰੱਸਾ ਹੁੰਦਾ ਹੈ ਨਾ ਉਹਦੇ ਨਾਲ ਇੱਕ ਡੋਲ ਬੰਨਿਆ ਹੁੰਦਾ ਹੈ ਉਹ ਡੋਲ ਰੱਸੀ ਨਾਲ ਬੰਨ ਕੇ ਖੂਹ ਚ ਸੁੱਟਦੇ ਨੇ ਭਰਿਆ ਹੁੰਦਾ ਪਾਣੀ ਕੱਢ ਲੈਂਦੇ ਨੇ ਉਹ ਖਾਲੀ ਦਾ ਖਾਲੀ ਆਖੋ ਵਾਹਿਗੁਰੂ ਉਹ ਡੋਲ ਜਿਹੜਾ ਕਦੀ ਆਕਾਸ਼ ਜਾਂਦਾ ਕਦੀ ਪਤਾਲ ਚ ਜਾਂਦਾ ਬੜਾ ਇੱਕ ਪਰਮਪਾਲ ਦਾ ਕਿ ਮੈਂ ਭਰਿਆ ਆਇਆ ਪਰ ਉਹ ਅਕਸਰ ਖਾਲੀ ਦਾ ਖਾਲੀ ਰਹਿੰਦਾ ਏ ਇਸੇ ਤਰ੍ਹਾਂ ਮਨੁੱਖ ਅਸਲੀ ਮਾਰਗ ਤੋਂ ਬਿਨਾਂ ਅੰਦਰੋਂ ਖਾਲੀ ਰਹਿੰਦਾ ਏ ਗੁਰਮਤਿ ਨਾਮ ਨਮੀਸਰੈ ਸਹਜੇ ਪਤ ਪਾਈਐ ਗੁਰੂ ਦੀ ਮਤ ਅਨਸਾਰ ਗੁਰੂ ਦੀ ਸੋਚ ਅਨਸਾਰ ਜੇ ਰਬੀ ਗਿਆਨ ਹੈ ਗਿਆਨ ਰੂਪੀ ਨਾਮ ਹੈ ਗੁਰੂ ਦੇ ਉਪਦੇਸ਼ ਨੇ ਇਹ ਹਰ ਵੇਲੇ ਜਦ ਯਾਦ ਰਹਿੰਦੇ ਨੇ ਵਿਸਰਦੇ ਨਹੀਂ। ਤਾਂ ਇੱਕ ਤਾਂ ਅਡੋਲਤਾ ਮਿਲਦੀ ਹੈ। ਗੁਰਮਤਿ ਨਾਮ ਨਾ ਵਿਸਰੈ। ਗੁਰੂ ਦੇ ਨਜ਼ਰੀਏ ਅਨੁਸਾਰ ਦਿੱਤੇ ਹੋਏ ਉਪਦੇਸ਼। ਜੇ ਉਹ ਵਿਸਰਦੇ ਨਹੀਂ ਨਾ ਸਹਜੇ ਅਡੋਲਤਾ ਮਿਲਦੀ ਹੈ, ਪਤ ਬਖਸ਼ਿਸ਼ ਮਿਲਦੀ ਹੈ ਆਖੋ। ਜਿੰਨਾ ਚਿਰ ਗੁਰੂ ਦੇ ਮਾਰਗ ਤੇ ਤੁਰਨ ਦੇ ਲਈ ਅਡੋਲ ਨਹੀਂ ਹੋ ਸਕਿਆ, ਡੋਲਦਾ ਪਿਆ। ਸੀ ਰੁਕ ਗਿਆ, ਡੋਲ ਗਿਆ। ਅਡੋਲਤਾ ਨਹੀਂ ਹੈ, ਬਖਸ਼ਿਸ਼ ਨਹੀਂ ਮਿਲ ਸਕਦਾ। ਪੈਸਾ ਪ੍ਰਾਪਰਟੀ ਨੇ ਤੈਨੂੰ ਅੰਦਰੋਂ ਸੰਤੁਸ਼ਟੀ ਨਹੀਂ ਦੇਣੀ ਪਛਤਾਵੇ ਪੱਲੇ ਪੈਣੇ ਨੇ ਅਗਰ ਬਖਸ਼ਿਸ਼ ਨਾ ਮਿਲੀ ਤਾਂ ਖੋਆ ਗਿਰੋ ਅੰਤਰ ਸ਼ਬਦ ਨਿਦਾਨ ਹੈ ਮਿਲ ਆਪ ਗਵਾਈਏ ਜਿਨ੍ਹਾਂ ਦੇ ਅੰਦਰ ਗੁਰੂ ਦੇ ਉਪਦੇਸ਼ ਮੰਨਣੇ ਉਪਦੇਸ਼ ਦੀ ਸੋਜੀ ਇੱਕ ਖਜ਼ਾਨਾ ਹੈ ਉਹ ਗੁਰੂ ਦੇ ਉਪਦੇਸ਼ ਨੂੰ ਮਿਲ ਕੇ ਭਾਵ ਮੰਨ ਕੇ ਸੁਭਾਅ ਦਾ ਉਹ ਹਿੱਸਾ ਜਿਹੜਾ ਗੁਰੂ ਦੇ ਉਪਦੇਸ਼ਾਂ ਅਨਸਾਰ ਫਿੱਟ ਨਹੀਂ ਆ ਰਿਹਾ ਉਹ ਸਾਡਾ ਆਪਣੀ ਅਸਲੀਅਤ ਹੁੰਦੀ ਹੈ ਉਹ ਸੋਚ ਜਿਹੜੀ ਗੁਰੂ ਦੇ ਉਪਦੇਸ਼ ਸੰਸਾਰ ਨਹੀਂ ਇਹ ਸੋਚ ਤੇ ਸੁਭਾਅ ਨੂੰ ਨੁਗਵਾ ਦਿੰਦਾ ਹੈ ਮਿਟ ਦਿੰਦਾ ਹੈ ਭਾਵ ਆਪਣੇ ਸੋਚ ਸੁਭਾਅ ਨੂੰ ਸੰਵਾਰਦਾ ਹੈ ਸ਼ਿੰਗਾਰਦਾ ਹੈ ਗੁਰੂ ਦੇ ਉਪਦੇਸ਼ ਰਾਹੀਂ ਤੇ ਫਿਰ ਉਹ ਕਹਿੰਦਾ ਹੈ ਨਦਰ ਕਰੇ ਪ੍ਰਵ ਆਪਣੀ ਗੁਣ ਅੰਕ ਸਮਾਵੈ ਪਰੇ ਹੁੰਦਾ ਉਹਦ ਹੀ ਹੈ ਇਹ ਤਾਂ ਵਾਹਿਗੁਰੂ ਜੀ ਨਜ਼ਰ ਕਰਦੇ ਨੇ ਮહેર ਕਰਦੇ ਨੇ ਭਾਈ ਇਹ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਹੈ ਜਦੋਂ ਵਾਹਿਗੁਰੂ ਜੀ ਆਪਣੇ ਗੁਣ ਦਿੰਦੇ ਨੇ ਨਾ ਉਹਨਾਂ ਗੁਣਾ ਨਾਲ ਜਦੋਂ ਪਰਉਪਕਾਰ ਹੁੰਦਾ ਏ ਉਹ ਮੇਰੇ ਵਾਹਿਗੁਰੂ ਜੀ ਦੀ ਗੱਲ ਬੱਕੜੀ ਹੁੰਦੀ ਆਖੋ ਵਾਹਿਗੁਰੂ ਅੰਕ ਸਮਾਵੇ ਅੰਕ ਹੁੰਦਾ ਗੱਲ ਬੱਕੜੀ ਜਦੋਂ ਰੱਬ ਤੋਂ ਗੁਣ ਲੈ ਕੇ ਗੁਰੂ ਤੋਂ ਉਪਦੇਸ਼ ਲੈ ਕੇ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ ਰੱਬੀ ਗੁਣਾ ਦੇ ਨਾਲ ਕੋਈ ਗੁਰੂ ਕਾ ਗੁਰਸਿੱਖ ਰੱਬ ਦਾ ਗੁਰੂ ਦਾ ਚਾਕਰ ਬਣ ਕੇ ਪਰਉਪਕਾਰ ਕਰਦਾ ਨਾ ਤੈਨੂੰ ਗੁਰੂ ਦੀ ਗੱਲ ਬੱਕੜੀ ਮਿਲਦੀ ਆਖੋ ਵਾਹਿਗੁਰੂ ਨਾਨਕ ਮੇਲ ਨਾ ਚੁੱਕਈ ਲਾਹਾ ਸੱਚ ਪਾਵੇ ਏ ਨਾਨਕ ਜੀ ਫਿਰ ਉਹਨਾਂ ਦਾ ਜਿਹੜਾ ਗੁਰੂ ਨਾਲ ਮਿਲਾਪ ਹੈ ਨਾ ਇਹ ਨਹੀਂ ਟੁੱਟਦਾ ਖੁਆਈ ਮੇਲ ਨਾ ਚੁੱਕਈ ਉਹਨਾਂ ਨੂੰ ਜਿਹੜਾ ਲਾਹਾ ਪ੍ਰਾਪਤ ਹੁੰਦਾ ਹੈ ਉਹ ਹੈ ਸੱਚ ਦਾ ਰਾਸ ਬਖਸ਼ਿਸ਼ ਪ੍ਰਾਪਤ ਕਰਦੇ ਨੇ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਤੁਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਤੀ ਵੇ ਸੁਣ ਸਭਦ ਵਿਚਾਰਾ